ਜਿਹੜੇ ਰਾਈਟਰ ਹੁੰਦੇ ਨੇ ਇਹਦੇ ਨਾਲ ਕੋਈ ਵੀ ਬੰਦਾ ਧੋਖਾ ਨਾ ਕਰਿਆ ਕਰੋ, ਇੱਦਾਂ ਦੀ ਕੋਈ ਚੀਜ਼ ਨਾ ਕਰੋ, ਉਹਨੂੰ ਫਿਰ ਲੈ ਕੇ ਜਵਾਬ ਦੇਣਾ ਹੁੰਦਾ। ਦੋਸਤੋ ਗਾਣੇ ਦਾ ਜਿਹੜਾ ਮਿਊਜ਼ਿਕ ਹੈ ਉਹ ਸਿਮਰ ਘਈ ਨੇ ਤਿਆਰ ਕੀਤਾ ਤੇ ਵੀਡੀਓ ਕੀਤੀ ਹੈ ਜੀ ਜਸ਼ ਨਿੱਗਾ ਨੇ। ਤੇ ਦੋਸਤੋ ਆਜੋ ਦੇਖਦੇ ਬਾਈ ਦੇ, ਪਹਿਲਾਂ ਵੀ ਦੋਸਤੋ ਕਾਫੀ ਗਾਣੇ ਆਏ ਨੇ, ਬਹੁਤ ਸੋਹਣੇ ਸੋਹਣੇ ਗਾਣੇ ਸੀਗੇ। ਮਿਡਲ ਕਲਾਸ ਜੱਗ ਲਾਉਣਾ ਅਸੀਂ ਮੂਹਰੇ ਨੀ, ਦੇਖ ਤਰੱਕੀ ਤਾਈਓ ਵੈਰੀ ਸਾਨੂੰ ਪੂਰੇ ਨੀ, ਮਿਡਲ ਕਲਾਸ ਜੱਗ ਲਾ ਲੈਣਾ ਮੂਹਰੇ ਨੀ, ਦੇਖ ਤਰੱਕੀ ਤਾਈਓ ਵੈਰੀ ਸਾਨੂੰ ਪੂਰੇ ਨੀ, ਮੇਰਾ ਇੱਕੋ ਸਵਾ ਅਸੀਂ ਪਈਏ ਜਿਹੜੇ ਰਾਹ, ਨਸ਼ੇ ਪੱਤੇ ਕੋਲੋਂ ਦੂਰ ਦੁਆ ਮੰਗੀਏ ਜਿਹੜੇ ਇੱਕ ਬੈਠਾ ਏ ਦੂਰ, ਜਿਹਦੇ ਮੁਖੜੇ ਤੇ ਨੂਰ ਜਿਹੜਾ ਕਰੇ ਨਾ ਗਰੂਰ, ਮੈਨੂੰ ਕਰੇ ਨਾ ਉਹ ਦੂਰ, ਰੱਖੀ ਚਾਹਾਂ ਦੇ ਪਾਸ ਰੱਬਾ ਤੇਰੇ ਉੱਤੇ ਆਸ, ਮੈਂ ਤਾਂ ਮਿਡਲ ਕਲਾਸ ਮੈਂ ਤੇ ਰੱਖੀ ਵਿਸ਼ਵਾਸ, ਕੰਮ ਕੀਤਾ ਨਹੀਂ ਉਹ ਮਾੜਾ ਨਹੀਂ ਉਹ ਪੂਰੇ, ਅਸੀਂ ਸਾਫ ਸਾਫ ਚੰਗਾ ਕਰੀ ਜਾਣਾ, ਭਾਵੇਂ ਮੈਂ ਮੁੱਦਾ ਚੱਕਿਆ ਜੁੜਤਾ ਅੱਖੀਆਂ ਨੇ ਸਾੜਾ ਨਹੀਂ ਉਹ ਰੱਖਿਆ, ਨਿਕਲੇ ਜਵਾਨ ਬੋਲ ਕਰਨੇ ਆ ਪੂਰੇ ਨੀ, ਮਿਡਲ ਕਲਾਸ ਜੱਗ ਲਾਉਣਾ ਅਸੀਂ ਮੂਰੇ ਨੀ, ਦੇਖ ਤਰੱਕੀ ਤਾਈਓ ਵੈਰੀ ਸਾਨੂੰ ਪੂਰੇ ਨੀ, ਮਿਡਲ ਕਲਾਸ ਯਾਰ ਪੈਰਾਗ੍ਰਾਫ ਕਾਫੀ ਲੰਬਾ ਲੈ ਗਿਆ ਵਧੀਆ, ਹੁਣ ਹੁੱਕ ਆਈ ਹੈ ਨਾ ਮੇਨ ਸਾਹਮਣੇ, ਕਿਆ ਬਾਤ ਹੈ, ਸਟਾਰਟਿੰਗ ਤੋਂ ਵੀ ਆਈ ਫਿਰ ਤੋਂ ਬਾਅਦ ਸਾਰੇ ਸੋਹਣਾ ਲਿਖਿਆ ਹੈ ਦੋਸਤੋ ਗਾਣਾ, ਮਿਊਜ਼ਿਕ ਵਧੀਆ ਨਾ, ਕਿਉਂਕਿ ਜਿਹੜੀ ਬੀਟ ਬਹੁਤ ਘਣ ਬਣਾਈ ਹੈ, ਬੀਟ ਵਧੇ ਸਿਮਰ ਕਈ ਬਹੁਤ ਵਧੀਆ ਮਿਊਜ਼ਿਕ ਤਿਆਰ ਕਰਦੇ ਨੇ, ਬਹੁਤ ਵਧੀਆ ਦੋਸਤ, ਬਾਕੀ ਅੱਗੇ ਦੇਖਦੇ ਹਾਂ, ਮਤਲਬ ਵੀਡੀਓ ਹਜੇ 1 ਮਿੰਟ ਦੀ ਹੋਈ ਆ ਤੇ ਕਿੰਨੇ ਸੀਨ ਹਨਾ ਕ੍ਰੀਏਟ ਕੀਤੇ ਆ, ਜਿਹੜਾ ਵੀਡੀਓ ਬਣਾਈ ਜਿਨ੍ਹਾਂ ਨੇ ਸੋਹਣੀ ਚੀਜ਼ ਹੈ, ਜਾ ਰਹੀ ਹੈ ਵੀਡੀਓ ਜਿਸ ਹਿਸਾਬ ਨਾਲ ਲਿਰਿਕਸ ਨੇ ਉਸ ਹਿਸਾਬ ਨਾਲ ਵੀਡੀਓ ਜਾ ਰਹੀ ਹੈ, ਸਕੂਲ ਮੇਰਾ ਸਰਕਾਰੀ ਉੱਤੋਂ ਕੀਤੀ ਮੈਂ ਦਿਹਾੜੀ, ਜ਼ਿੰਮੇਵਾਰੀ ਸੀਗੀ ਪਾਰੀ ਨਾ ਕੋਈ ਫਾੜ ਐਵੇਂ ਮਾਰੀ, ਕਿਸੇ ਚੁੱਪ ਨੀ ਕਰਾਇਆ ਹੰਝੂ ਅੱਖੋਂ ਜਦੋਂ ਆਇਆ, ਬਾਪੂ ਕੱਲਾ ਛੱਡ ਗਿਆ ਮਾਂ ਨੇ ਗਾਲ ਨਾਲ ਲਾਇਆ, ਮੈਨੂੰ ਬੜਾ ਸਮਝ ਆਇਆ ਮਾਂ ਦੀ ਕੋਈ ਨਹੀਂ ਉਹ ਰੀਸ, ਬੜੀ ਔਖੀ ਭਰੀ ਫੀਸ ਸੀਨੇ ਉੱਠੀ ਮੇਰੇ ਕੀਸ, ਅਜੇ ਕੀਤੀ ਸ਼ੁਰੂਆਤ ਥੋੜਾ ਦਮ ਰੱਖ ਵੀਰੇ, ਅਸੀਂ ਉਹਨਾਂ ਵਿੱਚੋਂ ਜਿੰਨਾ ਸੀਨੇ ਪੱਥਰਾਂ ਦੇ ਚੀਰੇ, ਸਾਡਾ ਮੁੱਢ ਤੋਂ ਰਿਕਾਰਡ ਕੰਮ ਕੀਤਾ ਨਹੀਂ ਉਹ ਫੇਕ, ਜਿਹੜੇ ਮੱਚ ਦੇ ਸ਼ਰੀਕ ਬਸ ਖੜ ਕੇ ਤੂੰ ਵੇਖ ਮਾਂ ਨੇ ਕੀਤੀਆਂ ਦੋਵਾਂ, ਬੜੇ ਮੱਥੇ ਟੇਕ ਟੇਕ ਜਿਹੜੇ ਅੜੇ ਸਾਡੇ ਮੂਰੇ ਉਹਦੇ ਸੁੱਟਣੇ ਆ ਹੂਰੇ ਨੀ, ਮਿਡਲ ਕਲਾਸ ਜੱਗ ਲਾਉਣਾ ਅਸੀਂ ਮੂਰੇ ਨੀ, ਦੇਖ ਤਰੱਕੀ ਤਾਈਓ ਵੈਰੀ ਸਾਨੂੰ ਬਾਈ ਦੇ ਜਿਹੜੀ ਚੀਜ਼ ਆ ਪੈਰਾਗ੍ਰਾਫ ਲਿਖਿਆ ਬਾਈ ਦੇ, ਇਹ ਸਿਚੁਏਸ਼ਨ ਹਰ ਇੱਕ ਬੰਦੇ ਦੀ ਹੈ ਹਨਾ, ਬਿਲਕੁਲ ਕਿਆ ਬਾਤ ਹੈ, ਮਤਲਬ ਬਾਈ ਨੇ ਗਾਣਾ ਲਿਖਿਆ ਉਹ ਸੋਚ ਕੇ ਲਿਖਿਆ ਵੀ ਹੈ ਨਾ, ਕਿੱਦਾਂ ਕਿਤੇ ਸਿਚੁਏਸ਼ਨ ਚ ਬੰਦਾ ਨਿਕਲਦਾ ਵਾ ਤੇ ਆਪ ਵੀ ਉਹਨਾਂ ਤੇ ਇਹ ਚੀਜ਼ ਗੁਜ਼ਰੀ ਹੋਊਗੀ ਨਾ, ਉਹੀ ਚੀਜ਼ ਬਾਈ ਨੇ ਲਿਖੀ ਹੈ ਨਾ, ਇਹ ਜਿਹੜੇ ਰਾਈਟਰ ਹੁੰਦੇ ਨੇ ਇਹਦੇ ਨਾਲ ਕੋਈ ਵੀ ਬੰਦਾ ਧੋਖਾ ਨਾ ਕਰਿਆ ਕਰੋ, ਇੱਦਾਂ ਦੀ ਕੋਈ ਚੀਜ਼ ਰਹਿ ਗਿਆ ਉਹਨੂੰ ਫਿਰ ਲੈ ਕੇ ਜਵਾਬ ਦੇਣਾ ਹੁੰਦਾ, ਉਹਦੇ ਲਈ ਉਹ ਚੀਜ਼ ਈਜ਼ੀ ਹੋ ਜਾਂਦੀ ਹੈ ਨਾ, ਜੇ
ਇੱਦਾਂ ਮਤਲਬ ਕੋਈ ਨਾ ਕੋਈ ਲਾਈਫ ਦੇ ਵਿੱਚ ਕੁਛ ਇੱਦਾਂ ਦਾ ਹੋਇਆ ਹੋਵੇ, ਫਿਰ ਉਹਨੂੰ ਗਾਣਾ ਲਿਖਣਾ ਸੌਖਾ, ਗਾਣਾ ਲੈ ਕੇ ਸਿੱਧਾ ਮਾਰਨਾ, ਮਿਡਲ ਕਲਾਸ ਜੱਗ ਲਾ ਲੈਣਾ ਮੂਰੇ ਨੀ, ਦੇ ਕੇ ਤਰੱਕੀ ਤਾਈਓ ਵੈਰੀ ਸਾਨੂੰ ਪੂਰੇ ਨੀ। ਅੱਛਾ ਆ ਬੰਦਾ ਕਿਆ ਬਾਤ ਹੈ, ਇਹ ਮਿਊਜ਼ਿਕ ਡਾਇਰੈਕਟਰ ਸਿਮਰ ਕਈ ਹੈ ਨਾ, ਇਹ ਆ ਸਿਮਰ ਕਈ, ਸਿਮਰ ਕਈ। ਅੱਛਾ ਹੁਣ ਦੀ ਐਂਟਰੀ ਹੋਈ ਹੈ, ਸਿਮਰ ਨਹੀਂ ਸਿਮਰ, ਕਿਆ ਬਾਤ ਹੈ, ਸਿਮਰ ਕਈ ਦੋਸਤੋ ਦੇਖਦੇ ਆ ਭਾਈ। ਹਾਂ ਰੈਪ ਆ ਗਿਆ ਭਾਈ ਦਾ, ਪੂਰੇ ਨਹੀਂ ਦੇ ਕੇ ਤਰੱਕੀ ਤਾਈਓ ਵੈਰੀ ਸਾਨੂੰ ਪੂਰੇ ਨਹੀਂ, ਉਹਦੀ ਐਂਟਰੀ ਹੁਣ ਹੋਈ ਹੈ, ਜੱਗ ਲਾ ਲੈਣਾ ਪੂਰੇ ਨਹੀਂ, ਦੇ ਕੇ ਤਰੱਕੀ ਪਹਿਲਾਂ ਆਇਆ ਨਹੀਂ ਵੀਡੀਓ ਸਾਨੂੰ ਪੂਰੇ ਨਹੀਂ। ਹਾਂ ਇੱਥੇ ਆਇਆ ਐਂਟਰੀ ਉਹਦੀ, ਹਿੰਮਤ ਕਰੀ ਕਲਾਸ ਤੋਂ ਨੇ ਬਣੇ ਜੀ ਕਲਾਸ, ਅੱਜ ਅੱਤ ਲੱਗਦੀਆਂ ਤਾਈਓ ਖੜੇ ਨਾ ਕੋਈ ਪਾਸ, ਕੰਮ ਸਾਰ ਕਦੇ ਯਾਰ ਮੰਗ ਤੇਰੀ ਬਣੇ ਯਾਦ, ਰੱਖੀ ਸ਼ੇਰ ਪੱਖ ਲੱਗੇ ਖਾਂਦਾਲੀਓ ਘਾਸ, ਸਾਡੇ ਐਂਟੀਆਂ ਨੇ ਲੱਤਾਂ ਸਾਡੀ ਖਿੱਚੀਆਂ ਬੜੀਆਂ, ਜਦ ਕੱਖ ਨਹੀਂ ਸੀ ਬੱਲੇ ਉਦੋਂ ਮਿੱਠੀਆਂ ਬੜੀਆਂ, ਚੀਜ਼ ਸਾਡੀ ਮੋਹਰੇ ਉਹਨਾਂ ਦੀਆਂ ਫਿੱਕੀਆਂ ਬੜੀਆਂ, ਤਾਈਓ ਮਿੱਤਰਾਂ ਦੀ ਮਾਰੀ ਉਹਨਾਂ ਸਿੱਕੀਆਂ ਲੜੀਆਂ, ਜਿੰਨਾ ਸਾਡੀਆਂ ਤੋਂ ਖੋਏ ਉਹਨਾਂ ਕੱਖ ਨਾ ਪੱਲੇ, ਸਾਡੇ ਆ ਕੇ ਟੱਕਰ ਰਹੇ ਸੀ ਬਹੁਤ ਨੇ ਦੱਲੇ, ਮੁੰਡੇ ਠੋਕਰਾਂ ਨੂੰ ਠੋਕਰਾਂ ਵੀ ਮਾਰ ਕੇ ਚੱਲੇ, ਯਾਰ ਆਪਣੇ ਹੀ ਚੱਲੇ ਯਾਰ ਆਪਣੇ ਹੀ ਬੋਸ, ਕਦੇ ਬਦਲੇ ਨੀ ਪੱਖ ਮੁੰਡੇ ਮਿਡਲ ਕਲਾਸ ਨੇ, ਕੱਖ ਕਦੇ ਲੱਖ ਮੁੰਡੇ ਮਿਡਲ ਕਲਾਸ ਨੇ, ਕਰਦੇ ਨੇ ਕੀ ਜੋ ਸ਼ਰੀਕਾਂ ਨੂੰ ਸ਼ੱਕ ਰਹਿੰਦੇ, ਬਹੁਤਿਆਂ ਤੋਂ ਵੱਖ ਮੁੰਡੇ ਮਿਡਲ ਕਲਾਸ, ਕਦੇ ਬਦਲੇ ਨੀ ਪੱਖ ਮੁੰਡੇ ਮਿਡਲ ਕਲਾਸ, ਕੱਖ ਕਦੇ ਲੱਖ ਮੁੰਡੇ ਮਿਡਲ ਕਲਾਸ ਨੇ, ਕਰਦੇ ਨੇ ਕੀ ਜੋ ਸ਼ਰੀਕਾਂ ਨੂੰ ਸ਼ੱਕ ਰਹਿੰਦੇ, ਬਹੁਤਿਆਂ ਤੋਂ ਵੱਖ ਮੁੰਡੇ ਮਿਡਲ ਕਲਾਸ, ਔਖੇ ਸੌਖੇ ਮੈਨੂੰ ਯਾਰੋ। ਗੁਰਮੀਤ ਲੀਲ ਬਾਈ ਨੂੰ ਕਾਫੀ ਵੀਡੀਓ ਦੇਖ ਚੁੱਕਿਆ, ਗਾਇਆ ਵੀ ਘੈਂਟ ਆ ਬਾਈ ਨੇ, ਪਰਫੋਰਮੈਂਸ ਵੀ ਘੈਂਟ ਕੀਤੀ ਹੈ ਨਾ, ਇੱਕਦਮ ਕਰਨ ਔਜਲੇ ਦੀ ਗਾਣੇ ਘੈਂਟ ਸਿਰਾ ਹੀ ਲੱਗਾ ਯਾਰ, ਬਾਕੀ ਗੁਰਮੀਤ ਲੀਲ ਬਾਈ ਕਾਲੇ ਰੰਗ ਦਾ ਬੁਲਟ ਸਭ ਨੂੰ ਹੀ ਪਾਉਂਦਾ ਮਾਰ, ਸਭ ਖੁਸ਼ੀਆਂ ਤੇ ਖੇੜੇ ਤੂੰ ਭੇਜੇ ਸਾਡੇ ਬੇੜੇ, ਨਾ ਕੋਈ ਜਾਣਦਾ ਸੀ ਮੈਨੂੰ ਅੱਜ ਚਰਚੇ ਬਥੇਰੇ, ਇੱਕੋ ਸੱਟ ਲੱਗੀ ਡੂੰਗੀ ਮਾਂ ਨੂੰ ਲੈ ਗਿਆ ਤੂੰ ਦੂਰ, ਸਭ ਭੈਣ ਤੇ ਭਰਾ ਆਪੋ ਆਪਣੇ ਕੁਝ ਰਿਸ਼ਤੇ ਹਾਇਦਾਰ ਹੋ ਗਏ ਸੋਚ ਤੋਂ ਬਿਮਾਰ, ਨਾ ਕੋਈ ਚਾਚਾ ਨਾ ਕੋਈ ਤਾਇਆ ਕਿਸੇ ਹੱਥ ਨਹੀਂ ਫੜਾਇਆ, ਕੋਈ ਕਹਿੰਦਾ ਨਹੀਂ ਜਨਾਬ ਬਸ ਕਹਿੰਦੇ ਫੌਜੀ ਸਾਹਿਬ, ਵਿੱਚ ਲੀਲਾ ਗੁਰਮੀਤ ਨੂੰ ਤੂੰ ਰੱਖਿਆ ਆਪ, ਲੀਲਾ ਗੁਰਮੀਤ ਨੂੰ। ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਮਤਲਬ ਆਪਣੇ ਫੌਜੀ ਵੀਰ ਨੇ ਨਾ, ਜ਼ਿਆਦਾਤਰ ਦੋਸਤੋ ਮਿਡਲ ਕਲਾਸ ਫੈਮਿਲੀ ਚੋਂ ਹੀ ਨੇ ਨਾ ਲੋਕ, ਕੋਈ ਜਿਹੜੇ ਵੱਡੇ ਵੱਡੇ ਪੋਲੀਟਿਕਸ ਨੇ ਉਹਨਾਂ ਦਾ ਕੋਈ ਤੁਹਾਨੂੰ ਮਿਲੂਗਾ ਨਹੀਂ, ਸ਼ਾਇਦ ਹੀ ਮਿਲੇ ਨਾ ਕੋਈ, ਵੈਸੇ ਮੇਰੇ ਹਿਸਾਬ ਨਾਲ ਕੋਈ ਮਿਲਦਾ, ਭਾਈ ਨੇ ਫੌਜੀ ਵੀਰਾਂ ਦੀ ਪੂਰੀ ਫੁੱਲ ਸਪੋਰਟ ਕੀਤੀ ਹੈ ਗੱਲ, ਤੇ ਆਪਣੇ ਮਿਡਲ ਕਲਾਸ ਜਾਂ ਲੋਅ ਕਲਾਸ ਉਹੀ ਬੰਦੇ ਜ਼ਿਆਦਾ ਫੌਜ ਚ ਭਰਤੀ ਨੇ, ਉਹਨਾਂ ਚ ਮਤਲਬ ਟੈਲੈਂਟ ਹੁੰਦਾ ਇਹ ਚੀਜ਼ ਨਾਲ ਵੀ ਦੇਸ਼ ਵਾਸਤੇ ਕੁਛ ਕਰਨਾ, ਬਾਕੀ ਬਾਈ ਨੇ ਉਹਨਾਂ ਦੀ ਵੀ ਫੌਜ ਸਪੋਰਟ ਕੀਤੀ ਹੈ ਫੌਜੀਆਂ, ਕੁਝ ਰਿਸ਼ਤੇ ਹਾਇਦਾਰ ਹੋ ਗਏ ਸੋਚ ਤੋਂ ਬਿਮਾਰ, ਨਾ ਕੋਈ ਚਾਚਾ ਨਾ ਕੋਈ ਤਾਇਆ ਕਿਸੇ ਹੱਥ ਨਹੀਂ ਫੜਾਇਆ, ਕੋਈ ਕਹਿੰਦਾ ਨਹੀਂ ਜਨਾਬ ਬਸ ਕਹਿੰਦੇ ਫੌਜੀ ਸਾਹਿਬ, ਵਿੱਚ ਲੀਲਾ ਗੁਰਮੀਤ ਨੂੰ ਤੂੰ ਰੱਖਿਆ ਆਪ, ਲੀਲਾ ਗੁਰਮੀਤ ਨੂੰ ਤੂੰ ਰੱਖਿਆ ਆਪ, ਲੀਲਾ ਗੁਰਮੀਤ ਨੂੰ ਤੂੰ ਰੱਖਿਆ ਆਪ। ਸ
ਸੋ ਦੋਸਤੋ ਬਹੁਤ ਘੈਂਟ ਗਾਣਾ ਸੀਗਾ, ਵੀਡੀਓ ਇਸ ਵਾਰ ਬਹੁਤ ਘੈਂਟ ਸੀਗੀ ਬਾਈ ਦੀ, ਕਿਉਂਕਿ ਫਸਟ ਟਾਈਮ ਇੱਦਾਂ ਦਾ ਬਾਈ ਨੇ ਗਾਣਾ ਗਾਇਆ ਨਾ, ਕਿਉਂਕਿ ਪਹਿਲਾਂ ਜਿਹੜੇ ਗਾਣੇ ਆਏ ਆ ਉਹ ਥੋੜੇ ਜਿਹੇ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਸੀਗੇ ਨਾ, ਤੇ ਬਿਲਕੁਲ ਹਟ ਕੇ ਸੀਗਾ ਬਾਈ ਨੇ, ਕਨਸੈਪਟ ਅਲੱਗ ਸੀਗਾ ਇਹਦੇ ਵਿੱਚ ਵੀ, ਕਾਫੀ ਪਹਿਰੇ ਸੀਗੇ ਜਿਹੜੇ ਬਹੁਤ ਵਧੀਆ, ਮਤਲਬ ਜਿਹੜੇ ਦੱਸਦੇ ਸੀ ਵੀ ਹਾਂ ਵੀ ਸਮਾਜ ਦੇ ਵਿੱਚ ਕੀ ਚੱਲ ਰਿਹਾ ਤੇ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਤੇ ਕੀ ਨਹੀਂ ਹੈ। ਗਾਣਾ ਬਾਈ ਨੇ ਬਹੁਤ ਘੱਟ ਲਿਖਿਆ ਸੀਗਾ ਤੇ ਹੁਣ ਸਟਾਰਟਿੰਗ ਕਰ ਲਈ ਬਾਈ ਨੇ ਇੱਦਾਂ ਦੇ ਗਾਣੇ ਦੀ, ਮੈਨੂੰ ਲੱਗਦਾ ਹੁਣ ਗਾਣੇ ਹੋਰ ਆਉਣਗੇ ਨਾ। ਬਾਈ ਨੇ ਇੰਟਰੋ ਵੀ ਇੱਕ ਸੀਗੀ ਨਾ, ਇੰਟਰੋ ਵੀ ਬਣਾਈ ਸੀਗੀ, ਉਹ ਪਤਾ ਨਹੀਂ ਗਾਣੇ ਦੀ ਸੀ, ਪਤਾ ਨਹੀਂ ਕੋਈ ਈਪੀ ਏਰੀਆ ਬਾਈ ਦੀ ਕੋਈ ਐਲਬਮ ਆ ਨਾ, ਤੇ ਹੁਣ ਨੈਕਸਟ ਟਾਈਮ ਲੈ ਪਤਾ ਲੱਗੂ ਦੋਸਤੋ ਬਈ ਇਹ ਗਾਣਾ ਬਹੁਤ ਘੈਂਟ ਲੱਗਿਆ ਫਾਈਨਲੀ। ਹਾਂ ਸਹੀ ਗੱਲ, ਬਹੁਤ ਘੈਂਟ ਸੀਗਾ ਦੋਸਤੋ ਗਾਣਾ, ਮਿਊਜ਼ਿਕ ਬਹੁਤ ਘੈਂਟ ਸੀਗਾ ਹੈ ਨਾ, ਵੀਡੀਓ ਡਾਇਰੈਕਟਰ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਵਿੱਚ ਜਿੰਨੇ ਫਿਊਚਰ ਸੀ ਵੀਡੀਓ ਦੇ। ਬਿਲਕੁਲ। ਸੋ ਦੋਸਤੋ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਜ਼ਰੂਰ ਕਰਿਓ, ਜਿਹੜੇ ਨਵੇਂ ਆਪਣੇ ਚੈਨਲ ਤੇ ਆਇਆ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ, ਮਿਲਦੇ ਫਿਰ ਆਪਾਂ ਅਗਲੀ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ।